ਸਤਿ ਸ਼੍ਰੀ ਅਕਾਲ ਦੋਸਤੋ ਦੋਸਤੋ ਅੱਜ ਤੁਹਾਨੂੰ ਦੱਸਾਂਗੇ ਜਿਨ੍ਹਾਂ ਦੇ ਕੇਸ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਵਿੱਚ ਲੱਗੇ ਹੁੰਦੇ ਹਨ ਉਹ ਆਪਣੇ ਕੇਸ ਦਾ ਸਟੇਟਸ ਕਿਸ ਤਰ੍ਹਾਂ ਚੈੱਕ ਕਰਦੇ ਹਨ, ਕਿਸ ਤਰ੍ਹਾਂ ਚੈੱਕ ਕਰ ਸਕਦੇ ਹਨ। ਸਭ ਤੋਂ ਪਹਿਲਾਂ ਗੂਗਲ ਦੇ ਵਿੱਚ ਜਾਵਾਂਗੇ, ਇੱਥੇ ਸਰਚ ਕਰਾਂਗੇ ਪੰਜਾਬ ਐਂਡ ਹਰਿਆਣਾ ਹਾਈ ਕੋਰਟ, ਉੱਪਰੋਂ ਸਵਾਈਪ ਕਰੋ, ਪਹਿਲੇ ਆਪਸ਼ਨ 'ਤੇ ਕਲਿੱਕ ਕਰ ਦੇਣਾ ਪੰਜਾਬ ਐਂਡ ਹਰਿਆਣਾ ਹਾਈ ਕੋਰਟ 'ਤੇ। ਜੇ ਥੋੜ੍ਹਾ ਜ਼ੂਮ ਕਰਾਂਗੇ ਤਾਂ ਇੱਥੇ ਲਿਖਾ ਆ ਕੇਸ ਸਟੇਟਸ, ਇਸ 'ਤੇ ਕਲਿੱਕ ਕਰ ਦਿਓ। ਉਸ ਤੋਂ ਬਾਅਦ ਸਾਈਡ 'ਤੇ ਆਪਸ਼ਨਾਂ ਦਿੱਤੀਆਂ ਹੋਈਆਂ ਨੇ ਬਲੂ ਕਲਰ ਦੇ ਵਿੱਚ, ਇਸ 'ਤੇ ਇੱਕ ਆਪਸ਼ਨ ਹੈਗੀ ਆ ਕੇਸ ਸਰਚ, ਇਹਦੇ 'ਚ ਅੱਗੇ ਅੱਗੇ ਆਪਸ਼ਨ ਕਈ ਦਿੱਤੀਆਂ ਹੋਈਆਂ, ਕੇਸ ਨੰਬਰ ਨਾਲ ਵੀ ਸਰਚ ਕਰ ਸਕਦੇ ਹੋ, ਪਾਰਟੀ ਨੇਮ ਨਾਲ, ਐਡਵੋਕੇਟ ਨੇਮ ਨਾਲ, ਐਫ ਆਈ ਆਰ ਨੰਬਰ ਨਾਲ, ਕੰਪਲੇਨ ਨੰਬਰ ਨਾਲ, ਲੋਅਰ ਕੋਰਟ ਇੰਪਗਡ ਨਾਲ ਅਤੇ ਆਰਡਰ ਰੈਫਰਡ ਕੇਸ ਨਾਲ ਵੀ। ਆਪਾਂ ਨੇ ਕੇਸ ਨੰਬਰ ਨਾਲ ਸਰਚ ਕਰਨਾ ਦੋਸਤੋ, ਇੱਥੇ ਕੇਸ ਨੰਬਰ, ਸੋਰੀ ਕੇਸ ਟਾਈਪ ਸਰਚ ਸਿਲੈਕਟ ਕਰਨਾ। ਇਹਦੇ 'ਚ ਦੋਸਤੋ 100+ ਕੇਸ ਹਨ, ਤਾਂ ਤੁਸੀਂ ਇਹ 'ਚੋਂ ਆਪਣੀ ਮਰਜ਼ੀ ਅਨੁਸਾਰ ਜਿਹੜਾ ਤੁਹਾਡਾ ਕੇਸ ਉਸ ਨੂੰ ਸਿਲੈਕਟ ਕਰ ਸਕਦੇ ਹੋ। ਆਪਣਾ ਕੇਸ ਹੈਗਾ CWP ਸਿਵਲ ਰਿਟ ਪਟੀਸ਼ਨ, ਇੱਥੇ ਤੁਸੀਂ ਕੇਸ ਨੰਬਰ ਭਰਨਾ ਦੋਸਤੋ। ਉਸ ਤੋਂ ਅੱਗੇ ਕਿਹੜੇ ਸਾਲ ਦੇ ਵਿੱਚ ਕੇਸ ਲਾਇਆ ਉਹ ਸਿਲੈਕਟ ਕਰਨਾ, ਉਸ ਤੋਂ ਬਾਅਦ ਸਰਚ ਕਰ ਦੇਣਾ। ਇਹ ਦੇਖੋ ਦੋਸਤੋ ਕੇਸ ਦੀ ਜਿਹੜੀ ਡਿਟੇਲ ਨਿਕਲ ਕੇ ਸਾਹਮਣੇ ਆ ਚੁੱਕੀ ਹੈ, ਕੇਸ ਆਈਡੀ ਆ ਗਈ ਹੈ, ਪਟੀਸ਼ਨਰ ਨੇਮ ਆ ਗਿਆ, ਰਿਸਪੋਂਡੈਂਟ ਨੇਮ ਆ ਗਿਆ, ਐਡਵੋਕੇਟ ਨੇਮ ਆ ਗਿਆ, ਜਿਸ ਵੀ ਐਡਵੋਕੇਟ ਦਾ ਤੁਸੀਂ ਕੇਸ ਲਵਾਇਆ, ਅੱਗੇ ਸਟੇਟਸ ਆ ਗਿਆ, ਚੱਲ ਰਿਹਾ ਕੇਸ ਡਿਸਮਿਸ ਆ ਜਾਂ ਕਿਸ ਕੰਡੀਸ਼ਨ 'ਚ ਇਸ ਟਾਈਮ ਕੇਸ ਤੁਹਾਡਾ, ਅੱਗੇ ਨੈਕਸਟ ਡੇਟ ਲਿਖੀ ਹੋਈ ਆ। ਜੇ ਦੋਸਤੋ ਤੁਹਾਡਾ ਕੇਸ ਡਿਸਮਿਸ ਹੈ ਤਾਂ ਨੈਕਸਟ ਡੇਟ ਨਹੀਂ ਆਏਗੀ, ਜੇ ਚੱਲ ਰਿਹਾ ਤਾਂ ਨੈਕਸਟ ਡੇਟ ਆਏਗੀ। ਸੋ ਦੋਸਤੋ ਇਸ ਤਰ੍ਹਾਂ ਦੀ ਹੋਰ ਵੀ ਨਵੀਂ ਨਵੀਂ ਵੀਡੀਓ ਦੇਖਣ ਦੇ ਲਈ ਮੇਰੀ ਪੇਜ ਨੂੰ ਲਾਈਕ ਕਰੋ, ਸਬਸਕ੍ਰਾਈਬ ਕਰੋ। ਥੈਂਕ ਯੂ।